ਦੇਖੋ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਸੋ ਅੱਜ ਆਪਾਂ ਬਿੱਲੇ ਬਾਈ ਕੋਲੇ ਚੱਲੇ ਹਾਂ ਮਾਨਸੇ ਨੂੰ ਸੋ ਜਿਵੇਂ ਵੀ ਵੀਡੀਓ ਬਣੂਗੀ ਆਪਾਂ ਉਵੇਂ ਵੀਡੀਓ ਬਣਾਵਾਂਗੇ ਅਤੇ ਤਾਂ ਦਮਦਮਾ ਸਾਹਿਬ ਜਾਣਾ ਜੀ ਆਪਣਾ ਕਿਰਤਵੀਰ ਸਿੰਘ ਮਾਨ ਇਹਦਾ ਆਪਣਾ ਕੂੜਾ ਜਿਹੜਾ ਆਪਾਂ ਲਿਖਵਾ ਕੇ ਲੈ ਕੇ ਆਉਣਾ ਦਮਦਮਾ ਸਾਹਿਬ ਅਤੇ ਆਪਾਂ ਜਾਣਾ ਜੀ ਦਮਦਮਾ ਸਾਹਿਬ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਾਣਾ ਜੀ ਸੋ ਉੱਥੇ ਦਰਸ਼ਨ ਕਰਕੇ ਆਉਣੇ ਨੇ ਅਤੇ ਬਿੱਲੇ ਬਾਈ ਕੋਲੇ ਜਾ ਕੇ ਆਉਣਾ ਹੋਰ ਵੀ ਜਿੱਥੇ ਇੱਥੇ ਜਾਵਾਂਗੇ ਆਪਾਂ ਬਣਾ ਲਾਂਗੇ ਵੀਡੀਓ ਜੇ ਬਣਦੀ ਹੋਈ ਅਤੇ ਜੁੜੇ ਰਹੋ ਬਾਈ ਵੀਡੀਓ ਦੇ ਨਾਲ ਥੈਂਕ ਯੂ ਜੀ ਲੋ ਬਾਈ ਜੀ ਪਹੁੰਚ ਗਏ ਚੀਮੇ ਜਗਤਜੀਤ ਵਾਲਿਆਂ ਦਾ ਔਰ ਯਾਰ ਦੇਖੋ ਕਿੱਡਾ ਵੱਡਾ ਸੁਪਰ ਸੀਡਰ ਬਣਾ ਕੇ ਰੱਖਿਆ ਵਾ ਅਤੇ ਜਗਤਜੀਤ ਵਾਲਿਆਂ ਦੇ ਆਪਾਂ ਟੱਪ ਗਏ ਹਾਂ ਅਤੇ ਇਹ ਤਾਂ ਸ਼ੋਅ ਲਈ ਰੱਖਿਆ ਹੋਇਆ ਅੱਗੇ ਵੀ ਪਤਾ ਲੱਗੇ ਉਰੇ ਬਣਦਾ ਸਾਡਾ ਸਾਹਮਣੇ ਰਿਸ਼ਤੇਦਾਰਾਂ ਦਾ ਵੀ ਘਰ ਆ ਅਤੇ ਚੀਮੇ ਆਪਾਂ ਟੱਪ ਗਏ ਹੁਣ ਆਊਗਾ ਭੀਖੀ 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 ਅਤੇ ਮਾਨਸਾ ਪਹਿਲਾਂ ਆਪਾਂ ਜਾਵਾਂਗੇ ਬਿੱਲੇ ਬਾਈ ਕੋਲੇ ਉਸ ਤੋਂ ਬਾਅਦ ਦੇਖਦੇ ਹਾਂ ਵੀ ਕਿਆ ਕਰਨਾ ਕਿਆ ਨਹੀਂ ਬਿੱਲਾ ਬਾਈ ਫਿਰ ਆਪੇ ਲੈ ਕੇ ਜਾਊਗਾ ਫਿਰ ਅਸੀਂ ਦਮਦਮਾ ਸਾਹਿਬ ਵੀ ਜਾਣਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੀ ਜਾਣਾ ਬਾਈ ਆਹ ਮੁੰਡੇ ਦੀ ਕਹਿੰਦੇ 12ਵੀਂ ਕਲਾਸ ਆ ਕਹਿੰਦੇ ਵੀ ਉੜਾ ਜਿਹੜਾ ਲਿਖ ਕੇ ਆਉਣਾ ਉੱਥੇ ਜਾ ਕੇ ਤੇਰੀ 12ਵੀਂ ਆ 11ਵੀਂ ਇਹਦੀ 11ਵੀਂ ਉਹਦੀ 12ਵੀਂ ਅਤੇ ਬਸ ਜਾ ਰਹੇ ਹਾਂ ਚੁੱਕਦੇ ਨਵਾਂ ਸ਼ੋਰ ਬਿਠਾਇਆ ਕਹਿੰਦੇ ਵੀ ਬੈਠ ਗਾ ਅਜੇ ਉੱਪਰਾ ਕਰਦਾ ਹੱਥ ਖੋ ਆ ਕਿਆ ਕਰ ਰਹੇ ਹਾਂ ਹੱਥ ਖੋਲ ਰਹੇ ਹਾਂ ਖੁੱਲਿਆ ਹੋਇਆ ਚੰਗੀ ਤਰ੍ਹਾਂ ਨਹੀਂ ਖੁੱਲਿਆ ਹੋਇਆ ਸਮਝ ਉਹ ਬੰਦਿਆ ਸਾਲਾ ਇੰਨੀ ਨਾ ਚਲਾ ਪੁੱਤ ਹੌਲੀ ਚਲਾ ਲਾ ਤੈਨੂੰ ਮੈਂ ਕਿਆ ਕਿਹਾ ਤਾਂ ਭਜਾਉਣੀ ਨਹੀਂ ਗੱਡੀ ਓਏ ਉਹਦਾ ਪੁੱਤੂ ਭਾਈ ਤੂੰ ਗੱਡੀ ਚਲਾ ਰੋਡ ਬਹੁਤ ਕੰਮ ਦੇ ਆ ਬਾਬਿਓ ਹੁਣ ਦੇਖੋ ਆਹ ਦੇਖੋ ਟਿੱਬੇ ਇੱਧਰ ਬਹੁਤ ਵੱਡੇ ਵੱਡੇ ਲੱਗੇ ਹੋਏ ਨੇ ਸਹੀ ਗੱਲ ਆ ਬਾਈ ਅਤੇ ਰੇਤਾ ਇੱਧਰ ਰੇਤਲੀ ਜ਼ਮੀਨ ਆ ਜ਼ਿਆਦਾ ਰੇਤਾ ਬਹੁਤ ਆ ਇੱਧਰ ਅਤੇ ਜਗਦੀਪ ਘੁੰਮਣ ਜੀ ਅੱਜ ਬਹੁਤ ਵੱਡੇ ਕਲਾਕਾਰ ਸਾਡੇ ਨਾਲ ਪਹੁੰਚੇ ਹਨ ਜੀ ਦੱਸੋ ਸਰ ਤੁਸੀਂ ਕੀ ਕਹਿਣਾ ਕੋਈ ਦੋ ਲਫ਼ਜ਼ ਸਾਡੇ ਬਲੌਗ ਦੇ ਵਿੱਚ ਬੋਲੋ ਬੋਲ ਕਿਆ ਬੋਲਾਂ ਤੁਸੀਂ ਵੀ ਬੋਲ ਵੀ ਆਪਾਂ ਕਿੱਥੇ ਜਾ ਰਹੇ ਹਾਂ ਕੀ ਰਿਪੋਰਟ ਆ ਬਸ ਬਾਈ ਆਪਾਂ ਨੂੰ ਆਹੀ ਲੈ ਕੇ ਜਾ ਰਿਹਾ ਬਸ ਆਪਾਂ ਪਿੱਛੇ ਬੈਠੇ ਹੋਏ ਹਾਂ ਹੌਲੀ ਕਰ ਲਾ ਮੱਲ ਹੌਲੀ ਕਿੰਨੇ ਦੇਖੋ ਜੀ ਟਾਲੀਆਂ ਨੇ ਬਹੁਤ ਜ਼ਿਆਦਾ ਉਹ ਲਾਓ ਯਾਰ ਮਨਮੋਹਨ ਵਾਰਸ ਨਾ ਹੀ ਲਾਓ ਹੌਲੀ ਰਹਿ ਹੌਲੀ ਡਰੇ ਲੱਗਦਾ ਬਾਬੇ ਮੈਨੂੰ ਤਾਂ ਇਹਦੇ ਨਾਲ ਰੋਕ ਲਾ ਚੱਲ 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 ਕੱਢਦੇ 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 ਇੱਧਰ ਕਰ ਇੱਧਰ ਕਰ ਇੱਧਰ ਕਰ ਇੱਧਰ ਕਰ ਆਪਣੇ ਵਾਲੇ ਥੋਂ ਜਦੀ ਆ ਜਾ ਕਰ ਤੂੰ ਤਾਂ ਉੱਧਰ ਨੂੰ ਜਾਈ ਜਾਣਾ ਉਹਨੇ ਵੀ ਇਹੀ ਆ ਭਾਪੇ ਵਾਲੀ ਸੜਕ ਆਹ ਦੇਖੋ ਝੋਨੇ ਆਹ ਲੱਗ ਰਿਹਾ ਇਹ ਮੂੰਗੀ ਹਰੀ ਇੱਥੇ ਦੋ ਵਾਰੀ ਵੀ ਇੱਕ ਵਾਰੀ ਵੀ ਜਿਹੜਾ ਹੁਣ ਪਾਣੀ ਖੜਦਾ ਪੱਕਾ ਜੂ ਨਾ ਤੇ ਦੋ ਵਾਰੀ ਸਾਗਾ ਤਾਂ ਨਹੀਂ ਮਾਰਦੇ ਨਾ ਸਾਗੇ ਦਾ ਕੰਮ ਤਵੀਆਂ ਇਹਨੂੰ ਨਾ ਗਾਣ ਥੋੜੇ ਲਈਆਂ ਇਹਦੇ ਕਿੰਨੇ ਕਿ ਆ ਜਾਂਦੀਆਂ ਕਰਾ ਦਾਂਗੇ ਜੰਡੂ ਤੋਂ ਵਧੀਆ ਬਣਵਾ ਪਰ ਹੈ ਤਾਂ ਕੋਈ ਹਲਾ ਮਾਰ ਬਹੁਤ ਲਾ ਦੇ ਕੋਈ ਗੱਲ ਆ ਨਹੀਂ ਇਹਦੀ ਇਹਦੀ ਇਹ ਹੋਰ ਚੀਜ਼ ਆ ਇਹਦੇ ਨਾਲ ਟਰੈਕਟਰ ਵੀ ਸੌਖਾ ਚੱਲਦਾ ਰਹਿੰਦਾ ਤੇ ਇਹ ਬਸ ਦੋ ਵਾਰ ਇੱਕ ਵਾਰ ਸਵਾਗਾ ਚੱਕ ਕੇ ਇੱਕ ਵਾਰ ਸੌਖਾ ਰਾ ਹੋਰ ਹੋਈ ਖੜਨਾ ਹੀ ਕਰਾਈਆਂ ਉਹ ਵੀ ਇੱਕ ਜਮਾ ਕੱਸੀਆਂ ਵੀ ਬਣੀਆਂ ਹੋਈਆਂ ਨਾ ਮੋਕੇ ਆ ਵਾਲਾ ਮੋਕੇ ਤੇ ਬਣੀ ਆ ਅਜੀਰੀ ਲੱਗੀ ਤੇ ਅਜੀ ਖੇਤ ਚ ਗੇਟ ਖੁੱਲਾ ਕੇ ਬੰਦ ਆ ਉਹ ਗੇਟ ਤਾਂ ਬੰਦ ਹੋਊਗਾ ਜੇ ਖੋਲ ਤਾਂ ਪੜ ਜਾਣਾ ਸਭ ਨੇ ਸਮਾਂ ਤੇ ਲੰਨ ਇਹਨਾਂ ਖਲੋਨੇ ਫਿਰ ਬੋ ਪਰ ਉਧਰ ਜਾ ਆਉਂਦੇ ਆ ਕਿਧਰ ਆਦੀ ਜਾ ਆਉਂਦੇ ਆ ਜਾ ਚਾਉ ਕਮੀਜ਼ਾਂ ਤੇ ਫੋਟੋਆਂ ਵਾਲੀ ਵੀ ਦੁਕਾਨ ਲੱਗੀ ਉਰੇ ਹੈ ਜੀ ਵਾਧੂ ਕੋ ਬੱਲਾ 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 ਬੰਦ ਕਰੀ ਬੇ ਸਾਰਾ ਕੁਝ ਸੱਚ ਵੇ ਸੇ ਹਾਲੇ ਬਿੱਲੇ ਤੇ ਚਾਉਣ ਵਾਲੇ ਆ ਗਏ ਤੇ ਬਾਲੇ ਹੋਣਗੇ ਤੇ ਮੇਲੀ ਟੱਪਣ ਦੀ ਫਾਇਦਾ ਗਾ ਮੈਂ ਤਾਂ ਗੜ ਕੇ ਸੁੱਕਣਾ ਪਾ ਲੈਣਗੇ ਜੀ ਮੈਂ ਤਾਂ ਗੜ ਕੇ ਸੁੱਕਣਾ ਪਾ ਲੈਣਗੇ
ਅੱਛਾ ਆ ਦੁਕਾਨ ਵੀ ਲੱਗੀ ਹੈ ਜੀ ਉਰੇ ਮੂਆਂ ਦਾ ਸਾਰਾ ਗੁੱਸਾ ਕੁਲਫੀਆਂ ਤੋਂ ਲੱਗ ਗਏ ਹਾਂਜੀ ਵਿਕਦੀਆਂ ਵੀ ਹੋਣੀਆਂ ਸ਼ਰਟਾਂ ਹਾਂ ਦੇਖ ਲਾ ਨਾ ਕੀ ਮਾਹੌਲ ਹੈ ਦੇਖੋ ਕਿਆ ਬਣ ਗਿਆ ਮਾਹੌਲ ਤਾਂ ਇਹੀ ਹੈ ਦੁੱਖ ਵੀ ਬਹੁਤ ਵੱਡਾ ਦੇਖੋ ਦੁਨੀਆ ਕਿੱਥੋਂ ਕਿੱਥੋਂ ਹੈ ਨਾ ਆਈ ਆ ਦੇਖਣ बाकी वाहन वादू सी वाहन जी ना ही बहुत वड्डा सी बैकवाड़ा जिहड़े असीं इह नहीं सोच सके जदों बाई वोटां 'च खड़ा होया कश्मीर तां तुहानूं पता ही आ इही पिट पिट मर गए इही नहीं सोच सके असीं वी यार असीं बंदे किहड़ा सारा कुछ पैसा त्याग के इह राह चीज़ 'च आए वी मैं किसे दी सेवा करनी है ਤੇ ਉਹ ਬੰਦੇ ਨੂੰ ਉਹਨਾਂ ਨੇ ਹਰਾਤਾ ਉਦੋਂ ਤੇ ਕੁਝ ਨਹੀਂ ਹੁੰਦਾ ਅਸੀਂ ਬਾਈ ਜੀ ਅਕਸਰ ਗੱਲ ਕਰਦੇ ਹੁੰਦੇ ਸੀਗੇ ਵੀ ਜੇ ਕਿਤੇ ਸਾਡੀ ਵੋਟ ਉੱਥੇ ਹੁੰਦੀ ਐ ਨੰਗੇ ਚਿੱਟੇ ਸੀ ਉਹਦੀ ਦਿਲ ਦੀ ਭਾਵਨਾ ਦੀ ਸੋਚ ਦੀ ਕੀ ਉਹਦੀ ਵੀ ਮੈਂ ਮਾਨਸਾ ਜ਼ਿਲ੍ਹੇ ਨੂੰ ਕੁਝ ਬਣਾਵਾਂ ਕਲਾਕਾਰ ਤਾਂ ਹੋਰ ਵੀ ਬਾਈ ਦੋ ਤਿੰਨ ਹੋਏ ਨੇ ਆਪਣੇ ਮੈਂ ਕਹਿੰਦਾ ਨਹੀਂ ਸੋਚੀ ਵੀ ਚਲੋ ਪਾਰਟੀ ਨੂੰ ਇੱਕ ਸਾਈਡ ਕੇ ਬੰਦਾ ਦੇਖਣਾ ਚਾਹੀਦਾ ਜੀ ਇੰਨੀ ਸਿੱਧੂ ਵੀ ਆਪਣੇ ਪਛੜੇ ਇਲਾਕੇ ਨੂੰ ਕਿੱਥੇ ਤੱਕ ਲੈ ਗਿਆ ਕੈਨੇਡਾ ਅਮਰੀਕਾ ਚ ਨਾ ਜਾਂਦਾ ਭਰਾਵਾ ਇਹ ਗੱਲਾਂ ਨਹੀਂ ਲੋਕ ਸਮਝਦੇ ਅਮਰੀਕਾ ਬੇਟਾ ਇੰਨੀ ਜੀ ਦੇਖ ਲੈਂਦੇ ਨਾ ਵੀ ਸਾਡੇ ਏਰੀਆ ਨੂੰ ਕਿੱਥੇ ਪੀਵੀ ਕੱਤੀ ਪੀਵੀ ਕੱਤੀ ਵੀ ਕੱਤੀ ਹੁੰਦੀ ਆ ਸੰਗਰੂਰ ਟੱਪ ਕੇ ਨਹੀਂ ਕੋਈ ਜਾਣਦਾ ਜੀ ਜਾਣਦਾ ਨਹੀਂ ਸੀਗਾ ਕੋਈ ਹੈ ਸੰਗਰੂਰ ਟੱਪ ਕੇ ਨਹੀਂ ਬਾਈ ਕੋਈ ਜਾਣਦਾ ਸੀਗਾ ਉਹ ਹਾਰਨ ਦੀ ਟੈਨਸ਼ਨ ਹੀ ਨਹੀਂ ਲੈਤੀ ਸੀ ਉਹਨੇ ਹਾਰ ਜਿੱਤ ਤਾਂ ਚਲੋ ਹੁੰਦੀ ਹਾਰ ਜਿੱਤ ਦਾ ਪਤਾ ਹੀ ਹੁੰਦਾ ਬਾਈ ਇੱਕ ਦਾ ਇੱਕ ਦਾ ਡਿੱਗੂ ਕੋਈ ਮਰ ਜੇ ਡਿੱਗ ਜੇ ਡਿੱਗੂ ਬਾਈ ਲੋਕ ਬਾਈ ਨੇ ਪਿੱਟ ਪਿੱਟ ਕਿਹਾ ਲੋਕਾਂ ਨੂੰ ਵੀ ਜਿਹੜੇ ਨੇ ਆਪਦੀ ਜਾਇਦਾਦ ਵੇਚ ਕੇ ਛੋਡੇ ਤੇ 5 ਕਰੋੜ ਲਾਊਗਾ ਉਹਨੇ ਛੋਡੇ ਵੀ ਕੱਢਣੇ ਦੇ 30 ਦਿਨ ਨਹੀਂ ਟੱਪੇ ਪਿਛਲੀ ਵਾਰ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਆ ਕੱਦੂ ਦੀ ਇੱਥੋਂ ਹੀ ਹੋਈ ਆ ਜੀ ਕਰਦੇ ਕੱਦੂ ਨਾ ਉਹ ਛੜ ਫਾਰਮ ਸੱਟਣਾ ਕਰਦਾ ਸੀ ਅੱਛੇ ਨਾ ਇੱਥੇ ਵਾਇਰਲ ਹੋਈ ਆ ਉਹ ਕੱਦੂ ਕਰਦਾ ਯਾਰ ਉਹ ਬੰਦੇ ਨੂੰ ਸ਼ੌਂਕ ਸੀ ਇਹ ਚੀਜ਼ਾਂ ਦਾ ਕੋਈ ਇਹ ਨਹੀਂ ਦੇਖੋ ਮੈਂ ਤੁਹਾਨੂੰ ਕੀ ਦੱਸਦਾ ਜਿਹੜਾ ਸ਼ੌਂਕ ਹੁੰਦਾ ਨਾ ਟਰੈਕਟਰ ਦਾ ਖੇਤੀ ਦਾ ਇਹ ਗੱਲਾਂ 'ਚ ਹੋਰ ਹੁੰਦਾ ਗਾ ਜਿਹੜਾ ਹੁਣ ਮੰਨ ਕੇ ਚੱਲੋ ਵੀ ਦੂਜਾ ਸ਼ੌਂਕ ਆ ਖੇਤੀ ਵਾਲੇ ਸ਼ੌਂਕ ਨਾਲ ਨਹੀਂ ਰਲਦਾ ਜਿਹੜੇ ਬੰਦੇ ਨੂੰ ਲਾਲਚ ਪਏਗਾ ਟਰੈਕਟਰ ਚਲਾਉਣ ਦਾ ਉਹ ਆਪਾਂ ਦੇਖਦੇ ਬੱਚਾ ਕਿੰਨਾ ਮਰਜ਼ੀ ਪੜ੍ਹਦਾ ਹੋਵੇ ਕਿੰਨਾ ਮਰਜ਼ੀ ਇੰਟੈਲੀਜੈਂਟ ਹੋਵੇ ਜਦੋਂ ਉਹਨੂੰ ਸ਼ੌਂਕ ਹੋ ਗਿਆ ਨਾ ਟਰੈਕਟਰ ਦਾ ਉਹ ਖੇਤੀ ਕਰਨੀ ਜਾਊ ਜੇ ਲੱਖ ਹਟਾ ਦਾ ਉਹਨੂੰ ਸ਼ੌਂਕ ਸੀ ਇਹ ਚੀਜ਼ਾਂ ਦਾ ਕੀ ਤੁਸੀਂ ਬਾਈ ਜੀ ਆਪਣਾ ਕੈਨੇਡਾ ਪਿੱਛੇ ਆਪਣੇ ਜਵਾਕ ਕਮਲੇ ਹੋਏ ਕਰਦੇ ਆ ਕਿਵੇਂ ਨਾ ਕਿਵੇਂ ਪਹੁੰਚ ਗਏ ਭਾਵੇਂ ਕੁਛ ਵੀ ਕਰਨਾ ਪਵੇ ਠੀਕ ਹੈ ਕੈਨੇਡਾ ਜਾਈਏ ਉਹ ਉੱਥੋਂ ਮੁੜ ਆਇਆ ਸੀ ਬਾਈ ਉਹਦੇ ਕੋਲ ਬਹੁਤ ਕੁਝ ਸੀ ਸਾਰਾ ਛੱਡ ਕੇ ਆ ਗਿਆ ਬਹੁਤ ਕੁਝ ਸੀ ਉਹਦੇ ਕੋਲੇ ਬਾਕੀ ਬਾਈ ਕਿੰਨੇ ਲੋਕਾਂ ਦੀਆਂ ਆਸਾਂ ਮਰ ਗਈਆਂ ਕਿੰਨੇ ਲੋਕਾਂ ਦੀ ਰੋਟੀ ਚੱਲਦੀ ਸੀ ਰੋਜ਼ਗਾਰ ਬਹੁਤ ਚੱਲਦਾ ਸੀ ਮੈਂ ਤੁਹਾਨੂੰ ਕੀ ਕਹਿੰਦਾ ਮੈਂ ਤੁਹਾਨੂੰ ਕੱਲ ਦੱਸਦਾ ਕਸ਼ਮੀਰ ਕੋਲ ਬੈਠਾ ਸਾਨੂੰ ਤਾਂ ਇੰਨਾ ਕੁ ਸਵੇਤਾ ਸੀ ਉਹਦਾ ਸਾਡੇ ਭਾਈ ਦੇ ਕਸ਼ਮੀਰ ਕਹਿੰਦੇ ਰਾਬੀ ਸੀ ਸਾਨੂੰ ਇਹ ਸੰਸਾ ਥੋੜੀ ਸੀ ਕੋਈ ਵੀ ਝੋਟਾ ਕਿੱਲੇ ਦੀ ਸਿੰਗੜ ਦਾ ਹੁੰਦਾ ਗਾ ਤੇ ਸਾਡਾ ਇਹੀ ਕੰਮ ਸੀ ਵੀ ਅਸੀਂ ਕਿੱਲੇ ਦੀ ਸਿੰਗੜਦੇ ਸੀ ਬਹੁਤ ਯਾਰ ਬਹੁਤ ਵੱਡਾ ਘਾਟਾ ਪਿਆ ਸਭ ਤੋਂ ਵੱਧ ਤਾਂ ਜਿਹੜੇ ਮੰਨ ਕੇ ਪਰਿਵਾਰ ਨੂੰ ਸਭ ਤੋਂ ਵੱਧ ਤਾਂ ਯਾਰ ਮਾਂ ਪਿਓ ਉਦੋਂ ਬਾਅਦ ਜਿਹੜੇ ਉਹਦੇ ਨਾਲ ਕੇ ਬਾਹਾਂ ਸੀਗੀਆਂ ਉਹਨਾਂ ਨੂੰ ਪਿਆ ਜਮਾਂ ਅਸੀਂ ਤਾਂ ਟਾਲੀ ਲਾ ਲਾ ਘਾਟੇ ਬਾਈ ਦੋਸਤਾਂ ਟਾਲੀ ਸੀ ਟਾਲੀ ਦੇ ਪੱਤੇ ਆ ਇਸ ਤਾਂ ਆਹ ਚੀਜ਼ਾਂ ਆ ਜਾਂਦੀਆਂ ਹੈਗੀਆਂ ਬਾਕੀ ਪਰਮਾਤਮਾ ਮਿਹਰ ਕਰੂ ਭਾਈ ਕਿਤੇ ਨਾ ਕਿਤੇ ਕੁਛ ਬਾਕੀ ਖੇਤੀ ਆਪਣਾ ਇਹੀ ਕਰਦਾ ਬਾਈ ਸਾਰਾ ਮੰਨ ਗਿਆ ਬਾਈ ਦੀ ਵੀਡੀਓ ਪਾਉਂਦਾ ਹੁੰਦਾ ਉਹ ਗੁਰਮੁਖ ਸੰਧੂ ਹਾਂ ਗੁਰਮੁਖ ਸੰਧੂ ਪਾ ਕੇ ਗਿਆ ਤੇ ਬਾਈ ਦੀ ਵੀਡੀਓ ਬਾਈ ਇਹ ਨਹੀਂ ਘਰ ਵਾਲਾ ਕੰਮ ਹੀ ਹੈ ਯਾਰ ਇਹ ਥੋੜ੍ਹੀ ਹੈ ਵੀ ਜਿਵੇਂ ਹੁਣ ਇਹਨੇ ਕਸ਼ਮੀਰੀ ਨੇ ਕਹਿ ਤਾ ਕੁਝ ਐਂ ਕਰਨਾ ਬਾਈ ਐਂ ਜਵਾਬ ਨਹੀਂ ਦਿੰਦਾ ਸੀ ਹਰ ਇੱਕ ਬੰਦੇ ਦਾ ਤਾਂ ਮੋਹ ਪ੍ਰੇਮੀ ਇਦਾਂ ਜਵਾਬ ਤਾਂ ਬਾਈ ਜਿਹੜਾ ਮਤਲਬ ਕੋਈ ਵੀ ਆ ਗਿਆ ਜਵਾਬ ਤਾਂ ਕਿਸੇ ਨੂੰ ਵੀ ਨਹੀਂ ਸੀ ਅਸੀਂ ਤਾਂ ਮੋਹ ਮਾਪਸ ਸੀ ਉਹਦੀ ਬੰਦੇ ਬਾਕੀ ਬਈ ਜਿੰਨੀ ਲਿਖੀ ਉਹ ਨਹੀਂ ਭੋਗ ਗਿਆ ਪਰ ਇੱਕ ਗੱਲ ਆ ਯਾਰ ਇੰਨੇ ਬੰਦੇ ਖੜੇ ਸਾਰੀ ਵੀਡੀਓ ਬਣਾਈ ਤੁਸੀਂ ਇੱਕ ਗੱਲ ਕਹਿੰਦਾ ਮਰਨਾ ਸਭ ਨਹੀਂ ਆ ਕਿਸੇ ਨੇ ਕਿਸੇ ਪਰ ਇੱਕ ਗੱਲ ਆ
ਜਿਉਂਦੇ ਵੇਲੇ ਮੇਲਾ ਇੰਨਾ ਹੁੰਦਾ ਸੀ ਨਹੀਂ ਉਹਦੇ ਮਰੇ ਵੇਲੇ ਵੱਧ ਹੁੰਦਾ ਵੱਧ ਹੁੰਦਾ ਹੁਣ ਵੱਧਦਾ ਇਹੀ ਕਈ ਵਾਰੀ ਚੋਰਾ ਖਾਈ ਜਾਂਦੇ ਆ ਵੀ ਬਾਕੀ ਬਈਆ ਇਹਨਾਂ ਪਤਾ ਹੀ ਨਹੀਂ ਸੀਗਾ ਸਾਨੂੰ ਉਹ ਸਾਨੂੰ ਤਾਂ ਅਸੀਂ ਸਿੱਧੂ ਯਾਰ ਚੱਲ ਆਪਣਾ ਘਰਾਂ ਦਾ ਮੁੰਡਾ ਹੈਗਾ ਮੇਰੇ ਦਾ ਮੈਂ ਚਾਚਾ ਲੱਗਦਾ ਅਸਲ ਬਾਈ ਬਾਈ ਨੂੰ ਵੀ ਨਹੀਂ ਹੋ ਸਕਦਾ ਐਡੀ ਗੱਲ ਦਾ ਪਤਾ ਹੋਵੇ ਵੀ ਐਡੀ ਗੱਲ ਬਾਤ ਹੈ ਨਹੀਂ ਨਾ ਦੇ ਪਤਾ ਯਾਰ ਬਾਕੀ ਬਾਈ ਅੱਜ ਕੱਲ ਪਹਿਲਾਂ 80 ਸਾਲਾਂ ਦਾ ਕੋਈ ਬੁੜਾ ਗਾਣਾ ਨਹੀਂ ਸੁਣਦਾ ਸੀ ਅੱਜ ਕੱਲ ਉਹ ਵੀ ਕੰਨ 'ਚ ਹੈੱਡਫੋਨ ਪਾ ਕੇ ਗਾਣਾ ਸੁਣਦਾ ਹੈ ਹਰੇਕ ਸੁਣਦਾ ਹੈ ਯਾਰ ਜਿੰਨੇ ਵੀ ਆਪਾਂ ਇੱਥੇ ਆਏ ਆ ਨਾ ਦੇਖਣ ਵਾਲੇ ਆਏ ਆ ਜਿੰਨੇ ਵੀ ਆਪਾਂ ਸਾਰੇ ਸੋਸ਼ਲ ਮੀਡੀਆ ਦੇ ਐਕਟ ਵਾਲੇ ਬੰਦੇ ਹੋਣੇ ਇੱਥੇ ਆਪਾਂ ਦੂਜਾ ਕੋਈ ਨਹੀਂ ਆਉਂਦਾ ਇੱਥੇ ਵੀ ਦੂਜਾ ਜੀ ਜਿੱਦ ਸਕੈਚੂ ਲਾਇਆ ਉੱਤੇ ਤੁਸੀਂ ਨੇ ਉੱਤੇ ਬਥੇਰਾ ਕਿਹਾ ਭਰਾ ਬੂਟ ਲੈ ਕੇ ਨਾ ਉੱਤੇ ਚੜੋ ਯਾਰ ਆਪਾਂ ਨੂੰ ਵੀ ਸ਼ਰਮ ਦੀ ਗੱਲ ਆ ਤੂੰ ਪਾ ਦੇ ਫੋਟੋ ਨੂੰ ਸਲੋਕ ਦੇਖੀ ਮਿਲਦੇ ਭਰਾ ਨੂੰ ਹਾਂ ਬਾ ਖੁਦ ਉੱਤੇ ਹਾਂ ਇਹੀ ਕਰਦੇ ਨਾ ਬੂਟ ਲੈ ਕੇ ਉੱਤੇ ਨਾ ਚੜੋ ਕਿਸੇ ਦੇ ਉੱਤੇ ਜਾਵਾਂ ਕੱਟਦਾ ਇੱਥੇ ਹੀ ਨੂੰ ਹੋਇਆ ਕੱਟਦਾ ਕੱਟਦਾ ਬਾਈ ਮੈਨੂੰ ਲੱਗਦਾ ਵੀ ਹਜ਼ਾਰ ਬੰਦਾ ਉਦੋਂ ਆ ਕੇ ਵੱਗ ਗਿਆ ਸੀ ਹਾਂਜੀ ਬਾਈ ਅਤੇ ਬਿਰਲਾ ਬਾਈ ਸਾਨੂੰ ਦਮਦਮਾ ਸਾਹਿਬ ਲੈ ਕੇ ਜਾਣ ਤੋਂ ਪਹਿਲਾਂ ਸਿੱਧੂ ਬਾਈ ਦੇ ਪਿੰਡ ਲੈ ਗਿਆ ਸੀ ਘਰ ਲੈ ਗਿਆ ਸੀ ਉੱਥੇ ਜਾ ਕੇ ਉਹ ਮਾਹੌਲ ਦੇਖਿਆ ਸਭ ਦੀਆਂ ਜਿਹੜੀਆਂ ਅੱਖਾਂ ਸੀਗੀਆਂ ਬਾਈ ਨਮ ਸੀਗੀਆਂ ਅਤੇ ਇਹ ਜਿਹੜਾ ਵਲੌਗ ਹੈ ਬਾਈ ਇਹ ਵੀਡੀਓ ਕੋਈ ਕਿਸੇ ਤਰ੍ਹਾਂ ਦੀ ਜੇ ਕਹਿ ਦੀ ਅਸੀਂ ਪਬਲਿਸਿਟੀ ਲਈ ਨਹੀਂ ਬਣਾਈ ਕੋਈ ਕਿਸੇ ਤਰ੍ਹਾਂ ਦੀ ਅਸੀਂ ਫੇਮ ਲੈਣ ਲਈ ਨਹੀਂ ਬਣਾਈ ਇਹ ਸਿਰਫ ਇੱਕ ਤੁਹਾਨੂੰ ਦੱਸਣ ਲਈ ਤੁਹਾਨੂੰ ਦਿਖਾਉਣ ਲਈ ਵੀ ਉੱਥੇ ਕੀ ਮਾਹੌਲ ਹੈ ਕੀ ਹੈ ਅਤੇ ਉਹਦੇ ਲਈ ਅਸੀਂ ਬਣਾ ਲਈਏ ਵੀਡੀਓ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਕੀ ਮਾਹੌਲ ਹੈ ਹੈ ਨਾ ਵੀਡੀਓ ਦੇ ਵਿੱਚ ਅਤੇ ਅਸੀਂ ਉਰੇ ਤੋਂ ਬਾਅਦ ਫਿਰ ਘਰ ਵੀ ਚਲੇ ਗਏ ਸੀਗੇ ਘਰ ਅਸੀਂ ਫਾਦਰ ਸਾਹਿਬ ਕੋਲ ਸਿੱਧੂ ਵੀਰੇ ਦੇ ਫਾਦਰ ਸਾਹਿਬ ਕੋਲ ਬਹੁਤ ਸਮਾਂ ਅਸੀਂ ਬੈਠੇ ਰਹੇ ਉਹਨਾਂ ਨੇ ਦਿਲ ਦੀਆਂ ਗੱਲਾਂ ਸਾਡੇ ਨਾਲ ਕੀਤੀਆਂ ਅਤੇ ਉਹਨਾਂ ਨੇ ਸਿੱਧੂ ਬਾਈ ਦੀਆਂ ਯਾਦਾਂ ਸਾਨੂੰ ਦੱਸੀਆਂ ਅਤੇ ਉਹਨਾਂ ਨੇ ਕਿਹਾ ਵੀ ਮੈਂ ਉਰੀ ਰਹੂੰਗਾ ਆਪਣੇ ਘਰ ਰਹੂੰਗਾ ਵੀ ਸਿੱਧੂ ਵੀਰੇ ਨੇ ਮੈਨੂੰ ਇੰਨਾ ਵੱਡਾ ਹੈ ਨਾ ਘਰ ਪਾ ਕੇ ਦਿੱਤਾ ਮੈਂ ਇਹੀ ਘਰ ਦੇ ਵਿੱਚ ਰਹੂੰਗਾ ਹੈ ਨਾ ਮੈਨੂੰ ਕਿਤੇ ਕੋਈ ਜ਼ਰੂਰੀ ਕੰਮ ਆ ਜਾਂ ਮੈਂ ਵਿਦੇਸ਼ ਜਾਊਂਗਾ ਤਾਂ ਕੋਈ ਕੰਮ ਕਰ ਲਈ ਜਾਊਂਗਾ ਤਾਂ ਥੋੜ੍ਹੇ ਸਮੇਂ ਲਈ ਜਾਊਂਗਾ ਬਾਕੀ ਮੈਂ ਇਸ ਹਵੇਲੀ ਦੇ ਵਿੱਚ ਹੀ ਰਹੂੰਗਾ ਫਾਦਰ ਸਾਹਿਬ ਨੇ ਕਿਹਾ ਸੀਗਾ ਅਤੇ ਉਹਨਾਂ ਦੇ ਫਾਦਰ ਸਾਹਿਬ ਨੇ ਹੋਰ ਬਹੁਤ ਦਿਲ ਦੀਆਂ ਗੱਲਾਂ ਕਰੀਆਂ ਬਹੁਤ ਸਮਾਂ ਬੈਠੇ ਰਹੇ ਉਹਨਾਂ ਕੋਲ ਅਤੇ ਉਹਨਾਂ ਨੇ ਦੱਸਿਆ ਵੀ ਮੈਂ ਜਦੋਂ ਇਕੱਲਾ ਹੁੰਦਾ ਹੈ ਨਾ ਅਤੇ ਵੀ ਟਰੈਕਟਰਾਂ ਦੇ ਗਲੇ ਰੱਖ ਕੇ ਰੋਣਾ ਅਤੇ ਵੀ ਮੈਂ ਵੀ ਉਹਨਾਂ ਦੇ ਪੁੱਤ ਦਾ ਸੁਪਨਾ ਸੀਗਾ ਵੀ ਉਹ ਪੂਰਾ ਕਰਨਗੇ ਹੁਣ ਨਾ ਵੀ ਮੈਂ ਖੇਤੀ ਕਰੂੰਗਾ ਅਤੇ ਵੀ ਟਰੈਕਟਰਾਂ 'ਤੇ ਦੁਬਾਰਾ ਕੱਪੜਾ ਮਾਰ ਕੇ ਵੀ ਉਹ ਹੁਣ ਖੇਤੀ ਕਰਨਗੇ ਬਾਈ ਉਹਨਾਂ ਦਾ ਆਪਣੇ ਪੁੱਤ ਦਾ ਉਹਨਾਂ ਨੇ ਆਪਣਾ ਸੁਪਨਾ ਪੂਰਾ ਕਰਨਾ ਬਾਈ ਅਤੇ ਮੈਂ ਫਿਰ ਬਾਈ ਇਹ ਗੱਲ ਦੁਬਾਰਾ ਤੁਹਾਨੂੰ ਕਹਿ ਦਿੰਦਾ ਵੀ ਇਹ ਵੀਡੀਓ ਕੋਈ ਅਸੀਂ ਕਿਸੇ ਤਰ੍ਹਾਂ ਦੀ ਫੇਮ ਲਈ ਨਹੀਂ ਬਣਾਈ ਕੋਈ ਕਿਸੇ ਤਰ੍ਹਾਂ ਦੀ ਉਹਦੇ ਲਈ ਨਹੀਂ ਬਣਾਈ ਸਿਰਫ ਇੱਕ ਤੁਹਾਨੂੰ ਦਿਖਾਉਣ ਲਈ ਬਣਾਈ ਹੈ ਵੀ ਬਾਈ ਉਹਨਾਂ ਦੇ ਕੀ ਮਾਹੌਲ ਹੈ ਕਰੇ ਕਿਵੇਂ ਦਾ ਹੈ ਨਾ ਸਭ ਚੱਲ ਰਿਹਾ ਸੋ ਉਹਦੇ ਲਈ ਇਹ ਸਿਰਫ ਵੀਡੀਓ ਬਣਾਈ ਗਈ ਆ ਤੁਸੀਂ ਦੇਖ ਲਓ ਬਾਈ ਹੈ ਨਾ ਟਰੈਕਟਰ ਖੜ੍ਹੇ ਨੇ ਸੁੰਨੇ ਖੜ੍ਹੇ ਨੇ ਪ੍ਰੀਤ ਖੜ੍ਹਾ ਨਾਟ 11 ਖੜ੍ਹਾ ਦੂਜਾ ਨਾਟ 11 ਖੜ੍ਹਾ ਟਰਾਲੀ ਫੋਰਡ ਗੱਡੀ ਫੋਰਚੂਨਰ ਇੰਨੀ ਮਿਹਨਤ ਨਾਲ ਕਮਾ ਕੇ ਇੰਨੀ ਸੋਹਣੀ ਕੋਠੀ ਪਾ ਕੇ ਹੋਰ ਵੀ ਤੁਹਾਨੂੰ ਬਹੁਤ ਯਾਦਾਂ ਲੋ ਵੀਰੇ ਹੋਰ ਵੀ ਤੁਹਾਨੂੰ ਬਾਈ ਦੀਆਂ ਯਾਦਾਂ ਦੱਸਾਂਗੇ ਆਪਣਾ ਬਿੱਲੇ ਵੀਰੇ ਨੇ ਕਾਲੇ ਵੀਰੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਕਾਲਾ ਬਾਈ ਸ਼ੁਰੂ ਤੋਂ ਸਿੱਧੂ ਵੀਰੇ ਦੇ ਨਾਲ ਰਿਹਾ ਬਚਪਨ ਦੇ ਨਾਲ ਉਹ ਇਕੱਠੇ ਹਨਾ ਰਹੇ ਨੇ ਸੋ ਉਹਨਾਂ ਨਾਲ ਵੀ ਇਹ ਤੋਂ ਬਾਅਦ ਗੱਲਬਾਤ ਤੁਹਾਨੂੰ ਬਿੱਲਾ ਬਾਈ ਕਰੂਗਾ ਉਹਨਾਂ ਨਾਲ ਉਹ ਬਿੱਲੇ ਬਾਈ ਦਾ ਹੀ ਬਲੌਗ ਸੀਗਾ ਉਹ ਵਿੱਚ ਆਪਾਂ ਐਡ ਕਰਤੀਆਂ ਤੁਸੀਂ ਉਹ ਵੀ ਯਾਦਾਂ ਜਿਹੜੀਆਂ ਸੁਣੋ ਬਹੁਤ ਉਦੋਂ ਪਹਿਲੀ ਵਾਰ ਜਦੋਂ ਆਇਆ ਉਹ ਨਵਾਂ ਨਵੇਂ ਤੇ ਮਾਈ ਆਪਾਂ ਨੇ ਸਕੰਜਾ ਲਾਇਆ ਸੀ ਉਹਦੇ ਬਾਈ ਸਕੰਜਾ ਲਾਇਆ ਦੁੱਧ ਦਾ ਕੰਮ ਦੁੱਧ ਦਾ ਕੰਮ ਕਰਿਆ ਸੀ ਅੱਛਾ ਉਦੋਂ ਤੇ ਉਦੋਂ ਸਿੱਧੂ ਜਦੋਂ ਪੜ੍ਹਦਾ ਹੁੰਦਾ ਸੀਗਾ ਇਹ ਪੜ੍ਹਦਾ ਹੁੰਦਾ ਸੀ ਆਪਣਾ ਵਿਦਿਆ ਭਾਰਤੀ ਸਕੂਲ 'ਚ ਵਿਦਿਆ ਭਾਰਤੀ ਉਦੋਂ ਇਹ ਮੇਰੇ ਨਾਲ ਜਾਂਦਾ ਹੁੰਦਾ ਸੀ ਬਹਿ ਕੇ ਸਕੰਜੇ 'ਤੇ ਅੱਛਾ ਮੁੱਢ ਤੋਂ ਮੋਹ ਪ੍ਰੇਮ ਮੁੱਢ ਤੋਂ ਮੋਹ ਪ੍ਰੇਮ ਉਹ ਸੀਗਾ ਵੀ ਆਪਾਂ ਤਾਂ ਵੀ ਕਬੱਡੀ ਟੂਰਨਾਮੈਂਟ ਕਰਵਾਵਾਂਗੇ ਅੱਛਾ ਕਬੱਡੀ ਟੂਰਨਾਮੈਂਟ ਕਰਵਾਉਣਾ ਸੀਗਾ ਬਾਕੀ ਬਾਈ ਬਾਈ ਵਾਲੀਬਾਲ ਦਾ ਤਾਂ ਆਪ ਹੀ ਬਾਹਲਾ ਸ਼ੌਂਕੀ ਸੀਗਾ ਬਾਕੀ ਸਰੇ ਬਾਈ ਵਾਲੀਬਾਲ ਦਾ ਸ਼ੌਂਕੀ ਸੀਗਾ ਜਿਵੇਂ ਫੁੱਟਬਾਲ ਖੇਡ ਲੈਂਦਾ ਸੀਗਾ ਇਹ ਚੀਜ਼ਾਂ ਬਾਈ ਨੇ ਵਾਲੀਬਾਲ ਬਹੁਤ ਖੇਡੀ ਸਾਨੂੰ ਹਾਂ ਵਾਲੀਬਾਲ ਸਾਰਿਆਂ ਨੂੰ ਵੱਧ ਖੇਡੀ ਹੈ ਤੇ ਇੱਕ ਬਾਈ ਛੋਟਾ ਹੁੰਦਾ ਆ ਵੀ ਗੱਲਾਂ ਕਰਦਾ ਵੀ ਆਪਾਂ ਬਾਈ ਆਹ ਗੱਡੀ ਲੈਵਾਂਗੇ ਤੁਸੀਂ ਕਹਿੰਦੇ ਸੀ ਕਿਤੇ ਕੋਲੇ ਬੈਠੇ ਸੀ ਬਾਈ ਮੰਜੇ 'ਤੇ ਪਿਆ ਅਤੇ ਤਾਂ ਝਾਕੇ ਅਤੇ ਵੀ ਆਪਾਂ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਉਹ ਕੀ ਗੱਲ ਸੀਗੀ ਤੁਸੀਂ ਮੈਨੂੰ ਉਦੋਂ ਦੱਸੀ ਸੀ ਇੱਕ ਉਹ ਇੱਕ ਗੱਲ ਸੀਗੀ ਵੀ ਜਦੋਂ ਅਸੀਂ ਤਾਂ ਬੈਠੇ ਸੀਗੇ ਉੱਥੇ ਮਾਤਾ ਉਰੀਆਂ ਬੈਠੀਆਂ ਸੀਗੀਆਂ ਬੁੜੀਆਂ ਅੱਛਾ ਅਤੇ ਜਦੋਂ ਸਾਰੇ ਬੈਠੇ ਉੱਥੇ ਵੀ ਇਹ ਕਹਿੰਦਾ ਵੀ ਆਪਾਂ ਪਏ ਮੰਜੇ 'ਤੇ ਪਿਆ ਪਿਆ ਕਹਿੰਦਾ ਵੀ ਆਪਾਂ ਫਲਾਨੀ ਗੱਡੀ ਲਵਾਂਗੇ ਅੱਛਾ ਫਲਾਨੀ ਗੱਡੀ ਹਾਂ ਅਤੇ ਉਹ ਬੈਠੀਆਂ ਬੁੜੀਆਂ ਕਹਿੰਦੀਆਂ ਪੁੱਤ ਆਪਾਂ ਕਾਹਦੀ ਲਵਾਂਗੇ ਵੀ ਆਪਣੇ ਤਾਂ ਗਰੀਬੀ ਇੰਨੀ ਹੈ ਅੱਛਾ ਕਹਿੰਦਾ ਕੋਈ ਨਾ ਤੂੰ ਦੇਖਦਾ ਜਾ ਮਾਤਾ ਕਹਿੰਦਾ ਇੱਕ ਦਿਨ ਆਪਣੇ 'ਤੇ ਇਹੋ ਜਿਹਾ ਟਾਈਮ ਆਊਗਾ ਅੱਛਾ ਵੀ
ਗੱਡੀ ਦਾ ਤੁਸੀਂ ਕੀ ਵੀ ਲੋਕ ਗੱਡੀਆਂ ਮਹਿੰਗੀਆਂ ਮਹਿੰਗੀਆਂ ਲੈ ਕੇ ਆਪਣੇ ਘਰੇ ਆਇਆ ਕਰਨਗੇ। ਅੱਛਾ ਆਪਾਂ ਨੇ ਤਾਂ ਗੱਡੀਆਂ ਚ ਘੁੰਮਣਾ ਹੀ ਘੁੰਮਣਾ ਗਾ। ਅੱਛਾ ਲੋਕ ਵੀ ਲੈ ਕੇ ਆਇਆ ਕਰਨਗੇ। ਅੱਛਾ ਉਦੋਂ ਤੁਸੀਂ ਚੌੜ ਚ ਗੱਲ ਪਾ ਲਈ, ਚੌੜ ਚ ਗੱਲ ਪਾ ਲਈ ਵੀ ਯਾਰ ਵੀ ਆਪਾਂ ਇੱਕ ਉਹ ਪਿੰਡ ਮੂਸਾ ਜਿਹੜੇ ਪਿੰਡ ਨੂੰ ਇੱਕ ਮਤੀਰਿਆਂ ਕਚਰਿਆਂ ਕਰਕੇ ਜਾਣਦੇ ਸੀਗੇ ਵੀ ਏਦਾਂ, ਤੁਸੀਂ ਹਾਸੀ ਗੱਲ ਪਾ ਲਈ, ਉਹ ਕਹਿੰਦੇ ਤੁਸੀਂ ਉਹ ਨਾ ਕਰੋ ਆਪਾਂ ਲੈਵਾਂਗੇ ਲੈਵਾਂਗੇ, ਪਰ ਅੱਜ ਉਹੀ ਗੱਲਾਂ ਸੱਚੀਆਂ ਹੋਈਆਂ। ਆਹ ਗੱਲਾਂ ਸੱਚੀਆਂ ਹੋਈਆਂ। ਇੱਕ ਗੱਲ ਜ਼ਰੂਰ ਆ ਬਈ ਗਲੇ ਵੀ ਉਹ ਕਿਹੜੀ ਗੱਡੀ ਨੀ ਮਹਿੰਗੀ ਤੋਂ ਮਹਿੰਗੀ ਜਿਹਦਾ ਮੂਸੇ ਦੀ ਪਿੰਡ ਦੇ ਵਿੱਚ ਉਹਦੇ ਵਿੱਚ ਟਾਇਰ ਨਹੀਂ ਪਿਆ। ਸਾਰੀਆਂ ਗੱਡੀਆਂ ਦੇ ਪਏ ਨੇ ਬਈ, ਸਾਰੀਆਂ ਗੱਡੀਆਂ ਦੇ ਪਏ ਆ। ਬਾਈ ਦੇ ਮਨ ਕੇ ਚਲੋ ਡੈਥ ਤੋਂ ਬਾਅਦ ਤਾਂ ਬਾਈ ਦੇ ਆਉਣੀ ਆਉਣਾ ਸੀ, ਪਰ ਉਦੋਂ ਪਹਿਲਾਂ ਵੀ ਲੋਕ ਬੜੇ ਆਉਂਦੇ, ਸਭ ਤੋਂ ਵੱਡਾ ਪ੍ਰੇਮ ਸੀ ਆ ਬਾਈ। 2-250 ਬੰਦਾ ਹਵੇਲੀ ਦੇ ਗੇਟ ਮੂਹਰੇ ਖੜਿਆ ਰਹਿੰਦਾ, 2-250 ਬੰਦਾ ਹਵੇਲੀ ਦੇ ਗੇਟ ਮੂਹਰੇ ਖੜੀ ਰਹਿੰਦਾ ਹਰ ਵਾਰ, ਇੱਥੋਂ ਬਾਹਰ ਵੀ ਅਸੀਂ ਫੋਟੋਆਂ ਕਰਵਾ ਕੇ ਜਾਣੀਆਂ ਬਾਈ ਨਾਲ ਵੀ, ਉਹਨੇ ਨਾਲ ਮਿਲ ਕੇ ਜਾਣਾ ਗਾ, ਫਿਰ ਬਾਈ ਇਕੱਲੇ ਇਕੱਲੇ ਬੰਦੇ ਨਾਲ ਮਿਲਦਾ, ਕਹਿੰਦਾ ਵੀ ਉਹਨਾਂ ਨੂੰ ਬੁਲਾਈ ਚੱਲੋ ਵੀ ਇਕੱਲੇ ਇਕੱਲੇ ਜਾਣੇ ਨੂੰ, ਫਿਰ ਮਿਲਦਾ ਸਾਰਿਆਂ ਨਾਲ ਵਧੀਆ ਖੇਡਦਾ ਵਧੀਆ ਪ੍ਰੇਮ ਨਾਲ। ਇਹ ਬਾਈ ਜੀ ਕੋਈ ਸਾਡੀ ਇੰਟਰਵਿਊ ਜਾਂ ਕੁਛ ਨਹੀਂ, ਅਸੀਂ ਇੱਕ ਦਿਲ ਦੀਆਂ ਗੱਲਾਂ ਕਰ ਰਹੇ ਹਾਂ ਕਿਉਂਕਿ ਅਸੀਂ ਨਾਲ ਰਹਿਣ ਵਾਲੇ ਬੰਦੇ ਹਾਂ, ਸਾਰੇ ਮੋਹ ਪ੍ਰੇਮ ਹੈ, ਕਿਉਂਕਿ ਕੁਝ ਭਰਾ ਸਾਨੂੰ ਮੈਸੇਜ ਕਰਦੇ ਰਹਿੰਦੇ ਵੀ ਸਾਨੂੰ ਸਿੱਧੂ ਦੀਆਂ ਕੁਝ ਪੁਰਾਣੀਆਂ ਗੱਲਾਂ ਦੱਸੋ, ਅਸੀਂ ਉਹ ਦੱਸ ਰਹੇ ਹਾਂ। ਅਤੇ ਫਿਰ ਇਹ ਮੰਨ ਕੇ ਚੱਲ, ਇੱਕ ਵਾਰੀ ਤੁਹਾਡੇ ਜੇ ਤੂੰ ਕਹਿੰਦਾ ਵੀ ਤੁਹਾਡੇ ਹੱਸਣ ਵਾਲੀ ਗੱਲ ਦੱਸੀ ਮੈਨੂੰ ਤੂੰ, ਅਤੇ ਕਹਿੰਦਾ ਵੀ ਅਸੀਂ ਇੱਕ ਵਾਰੀ ਟੂਰਨਾਮੈਂਟ, ਤੁਸੀਂ ਕਿੱਥੇ ਗਏ ਸੀ ਟੂਰਨਾਮੈਂਟ 'ਤੇ? ਹਾਂ ਬਾਈ ਉਦੋਂ ਅਸੀਂ ਚਾਓ ਗਏ ਟੂਰਨਾਮੈਂਟਾਂ 'ਤੇ। ਅੱਛਾ ਜੀ। ਅਤੇ ਜਦੋਂ ਚਾਓ ਗਏ ਵੀ ਉੱਥੇ ਟੂਰਨਾਮੈਂਟਾਂ 'ਤੇ, ਜਦੋਂ ਗਏ ਉੱਥੇ ਫਿਰ ਲੁੱਦਰ ਨਾਲ ਕਰਵਾਈ ਤੇ ਸੀਰੇ ਨਾਲ ਕਰਵਾਈ। ਦੇਖੋ ਬਾਈ ਨੂੰ ਵੀ ਸ਼ੌਂਕ ਸੀ, ਉਹ ਤਾਂ ਹੀ ਸਾਰੇ ਨਾਲ ਫੋਟੋਆਂ ਖਿਚਾਉਂਦਾ ਸੀ। ਉਦੋਂ ਤੁਸੀਂ 14 ਟੂਰਨਾਮੈਂਟ, 14 ਟੂਰਨਾਮੈਂਟ ਆਪਣੇ ਏਰੀਆ 'ਚ, 14 ਟੂਰਨਾਮੈਂਟ ਜ਼ਿਆਦਾ ਤਕੜਾ ਮੰਨਿਆ ਗਿਆ। ਹਾਂ ਜ਼ਿਆਦਾ ਤਕੜਾ ਮੰਨਿਆ। ਅਤੇ ਦੇਖਣ ਗਏ ਅਤੇ ਫਿਰ ਉੱਥੇ ਤੁਸੀਂ ਦੇਖਿਆ, ਫਿਰ ਫੋਟੋਆਂ ਕਰਾ ਕੇ ਲਿਆਇਆ ਬਾਈ ਨਾਲ? ਹਾਂ ਫੋਟੋਆਂ ਕਰਵਾ ਕੇ ਲਿਆ ਬਾਈ। ਠੀਕ ਆ। ਅਤੇ ਇੱਕ ਫਿਰ ਆਉਂਦਿਆਂ ਥੋੜ੍ਹਾ ਤੇਲ ਤੂਲ ਵੀ ਪਤਾ ਨਹੀਂ ਕਿੱਥੇ ਮੁੱਕਿਆ ਸੀ, ਇੱਕ ਆਹ ਗੱਲ ਜ਼ਰੂਰ ਸੁਣਿਓ। ਅਸੀਂ ਰਾਤ ਨੂੰ ਆਈਏ। ਅੱਛਾ। ਅਤੇ ਤੇਲ ਦੀਆਂ ਸਾਡੀਆਂ ਟੈਂਕੀਆਂ ਫੁੱਲ ਕਰਵਾਈਆਂ ਹੋਈਆਂ ਸੀਗੀਆਂ। ਅੱਛਾ। ਮੈਂ ਨਵਾਂ ਮੋਟਰਸਾਈਕਲ ਹੀ ਲਿੱਤਾ ਸੀ ਡਿਸਕ ਆਪਣਾ ਡੀਲੈਕਸ। ਅੱਛਾ। ਤੇ ਸਿੱਧੂ ਕਹਿੰਦਾ ਮੈਂ ਚਲਾ ਕੇ ਲੈ ਕੇ ਜਾਊਂਗਾ, ਚਲਾ ਲਾ ਬਈ। ਉਹਨੂੰ ਸ਼ੌਂਕ ਹੁੰਦਾ ਸੀ ਪਹਿਲੇ, ਸੰਦ ਚਲਾਉਂਦਾ ਸੀ, ਨਵੀਂ ਚੀਜ਼ ਦਾ ਸ਼ੌਂਕ ਸੀ। ਤੇ ਜਦੋਂ ਅਸੀਂ ਰਾਤ ਨੂੰ ਆਏ ਭਾਈ, ਭਾਈ ਦੇਸੇ ਕੋਲੇ ਸਾਡਾ ਤੇਲ ਮੁੱਕ ਗਿਆ, ਤੇਲ ਮੁੱਕ ਗਿਆ, ਕੱਢ ਲਿਆ ਕਿਸੇ ਨੇ ਪਹਿਲਾਂ, ਕਿਸੇ ਨੇ ਕੱਢ ਕੁੱਢ ਲਿਆ ਤੇ। ਅੱਛਾ, ਕੱਢ ਕੁੱਢ ਲਿਆ ਭਾਈ ਦੇਸੇ ਕੋਲ ਤੁਹਾਡਾ ਤੇਲ ਮੁੱਕ ਗਿਆ। ਤੇ ਫਿਰ ਤੁਸੀਂ ਢਾਬੇ ਢੂਬੇ ਦੀ ਰੋਟੀਆਂ ਖਾਧੀਆਂ, ਫਿਰ ਭੁੱਖ ਲੱਗੀ ਸੀਗੀ ਨਾ ਵੀ 1:30 ਰਾਤ ਦਾ, ਕਹਿੰਦਾ ਯਾਰ ਬਈ ਆਪਾਂ ਰੋਟੀ ਖਾਣੀ ਆ ਗਈ, ਭੁੱਖ ਲੱਗੀ ਪਈ ਆ, ਉੱਥੇ ਢਾਬਾ ਖੁੱਲ੍ਹਾ ਸੀ, ਮੈਂ ਕਿਹਾ ਚੱਲ ਆਪਾਂ ਖਾ ਲੈਂਦੇ ਇੱਥੇ। ਅੱਛਾ। ਫਿਰ ਉੱਥੇ ਰੋਟੀ ਖਾ ਕੇ ਦੂਜੇ ਮੋਟਰਸਾਈਕਲ ਨਾਲ ਟਿਊਸ਼ਨ ਪਾ ਕੇ ਲੈ ਕੇ ਆਏ, ਜਿਵੇਂ ਆਪਾਂ ਇੱਕ ਪਰਨਾ ਫੜ ਕੇ ਲੈ ਕੇ ਆਏ, ਜਗਾੜ ਕਰਿਆ। ਫਿਰ ਭਾਈ ਉਹਦਾ ਮੁੱਕ ਗਿਆ ਕਿ ਖੋਖਰ ਕੋਲੇ ਤੇਲ, ਉਹ ਦੂਜੇ ਮੋਟਰਸਾਈਕਲ ਤੇਲ ਮੁੱਕ ਗਿਆ ਖੋਖਰ ਕੋਲੇ ਆ ਗਿਆ। ਫਿਰ ਅਸੀਂ ਰੋੜ ਕੇ ਲੈ ਕੇ ਆਏ ਤੜਕੇ 3:30 ਘਰੇ ਬੜੇ, 3:30 ਤੜਕੇ ਘਰੇ ਮਿਲੇ। ਤੇ ਉਹ ਟਾਈਮ ਸੀ ਬਾਈ ਦੇ, ਉਹ ਟਾਈਮ ਜਾ ਸੀ ਤਾਂ ਹੀ ਜ਼ਮੀਨ ਨਾਲ ਜੁੜਿਆ ਹੋਇਆ ਸੀ ਵੀ ਜਾ, ਹੁਣ ਜਿਹੜੀ ਮੰਡੀਰ ਕਰਦੀ ਫਿਰਦੀ ਹੈ ਜੋ ਕੁਛ ਕਰੀ ਆ ਬਾਈ ਨੇ, ਏਦਾਂ ਨਹੀਂ ਸੀ ਵੀ ਉਹ ਉੱਦਾਂ, ਉਹ ਯਾਰ ਉਹਨੇ ਦੇਖੇ ਸੀ ਉਹ ਦੌਰ, ਜਿਹੜੇ ਗਰੀਬੀ ਵਾਲੇ ਦੌਰ ਉਹਨੇ ਦੇਖੇ ਸੀਗੇ ਵੀ ਤੁਹਾਡਾ ਤਿੰਨ ਤੁਸੀਂ ਪਰਨਾ ਫੜ ਕੇ ਤੁਸੀਂ ਘਰੇ ਆਏ ਨੂੰ ਵੀ ਸਲੋਕ ਮਿਲੇ ਵੀ ਤੜਕੇ, ਕਿਉਂਕਿ ਇਕੱਲਾ ਮੁੰਡਾ ਸੀ, 3:00 ਵਜੇ ਤੱਕ ਤੁਰੇ ਫਿਰੇ। ਅਤੇ ਪਰ ਇਹਨਾਂ ਨਾਲ ਆਉਂਦਾ ਜਾਂਦਾ ਅਕਸਰ ਬਚਪਨ ਇਹਨਾਂ ਨਾਲ ਬਿਤਾਇਆ ਸੀਗਾ, ਅੱਜ ਵੀ ਬਾਈ ਦੇ ਐਤਵਾਰ 'ਤੇ ਇੱਥੇ ਆਈ ਸੀ। ਪਰ ਹੁਣ ਜਦੋਂ ਅੰਦਰ ਜਾ ਕੇ ਫਾਦਰ ਸਾਹਿਬ ਦੇ ਸੁਣੇ ਨੇ ਬਿਆਨ, ਅਤੇ ਉਹ ਫਿਰ ਰੋਣ ਲੱਗ ਗਏ, ਅੱਖਾਂ 'ਚ ਇੰਝਾਂ ਡਿੱਗੀਆਂ, ਫਿਰ ਰੋਣ ਲੱਗ ਗਏ। ਜੰਤ ਜਿਹੜੀ, ਸੋਰੀ ਜਨਤਾ ਨਹੀਂ, ਸੋਰੀ ਜਿਹੜੇ ਮੰਨ ਕੇ ਚੱਲੋ ਵੀ ਮਿਲਣ ਆਏ ਸੀਗੇ, ਪਰਿਵਾਰ ਆਏ ਸੀਗੇ, ਬਜ਼ੁਰਗ ਮਾਤਾ ਭੈਣਾਂ ਅਤੇ ਛੋਟੇ ਬੱਚੇ ਭਰਾ, ਉਹ ਵੀ ਰੋਏ, ਕਿਉਂਕਿ ਗੱਲਾਂ ਜਿਹੀਆਂ ਭਾਵਕ ਗੱਲਾਂ ਸੁਣ ਕੇ ਫਰਕ ਪੈ ਜਾਂਦਾ। ਪਰ ਇੱਕ ਗੱਲ ਕਰ ਲਿਆ ਯਾਰ, ਮੈਨੂੰ ਨਹੀਂ ਲੱਗਦਾ ਬਾਈ ਦਾ ਕਿਤੇ ਘਾਟਾ ਪੂਰਾ ਹੋਈ। ਨਹੀਂ ਹੁੰਦਾ ਬਾਈ, ਇਹ ਘਾਟਾ ਕਿਤੇ ਪੂਰਾ ਨਹੀਂ ਹੁੰਦਾ ਹੈਗਾ, ਇਹ ਘਾਟਾ ਕਦੇ ਨਹੀਂ, ਕਿਉਂਕਿ ਦੇਖੋ ਯਾਰ ਉਹ ਤਾਂ ਮਾਂ ਪਿਓ ਦਾ ਪੁੱਤ ਸੀ, ਸਭ ਤੋਂ ਵੱਧ ਦੁੱਖ ਤਾਂ ਜੋ ਉਹਨਾਂ ਨੂੰ ਆ, ਉਹਨਾਂ ਨੂੰ ਆ ਬਾਈ, ਸਭ ਤੋਂ ਵੱਧ ਦੁੱਖ ਉਹਨਾਂ ਨੂੰ ਆਗਾ। ਪਰ ਆਪਣਾ ਦੁੱਖ ਹੈਗਾ ਗਾ, ਫਿਰ ਵੀ ਆਪਾਂ ਵੀ ਆਪਾਂ ਨੂੰ ਉਹਨਾਂ ਨਹੀਂ, ਪਰ ਮਹਿਸੂਸ ਆਪਾਂ ਨੂੰ ਉਦੋਂ ਜ਼ਿਆਦਾ। ਅਕਾਲ ਹੀ ਲਾ ਲਓ, ਇੱਥੋਂ ਦੇ ਪੱਤੇ ਸੀ, ਸਹੀ ਗੱਲ ਆ ਬਾਈ, ਉਹ ਆਪਣਾ ਦਰਖਤ ਸੀ। ਦੇਖ ਮੈਂ ਤੈਨੂੰ ਜਾਣਦਾ ਨਹੀਂ ਸੀ ਪਹਿਲਾਂ, ਤੂੰ ਮੈਨੂੰ ਨਹੀਂ ਜਾਣਦਾ, ਆਪਾਂ ਨੂੰ ਉਸੇ ਥਰੂ ਮਿਲਿਆ, ਆਪਾਂ ਇੰਨੇ ਕੁ ਬੰਦੇ ਉਸੇ ਥਰੂ ਮਿਲੇ ਵੀ, ਜਿੰਨੇ ਵੀ ਕਹਿ ਦੇ, ਇਹ ਗੱਲ ਸਹੀ ਹੈ ਨਾ? ਸਹੀ ਗੱਲ ਆ, ਮਿਲਿਆ ਨਾ, ਮਿਲਿਆ, ਕਿਉਂਕਿ ਆਪਾਂ ਕਿਸੇ ਨੂੰ ਜਾਣਦੇ ਨਹੀਂ, ਪਰ ਲੋਕਾਂ ਨੇ ਕੁਛ ਨਾ ਕੁਛ ਆਪਣੇ ਹਲਕੇ ਨੇ ਸਾਥ ਨਹੀਂ ਦਿੱਤਾ ਆਪਣਾ। ਸਹੀ ਗੱਲ, ਮਾਨ ਸਾਲਕਾ ਜੀ, ਆਪਾਂ ਬਾਈਆਂ, ਮੈਂ ਇੱਕ ਗੱਲ, ਆਪਾਂ ਇਹ ਵੀ ਕਹਿੰਦੇ ਰਹੇ ਯਾਰ ਵੀ ਬਾਈ ਵੋਟਾਂ ਪਾ ਦਿਓ, ਨਹੀਂ ਮਾਰਦੇ। ਸਹੀ ਗੱਲ, ਕਿਉਂਕਿ ਡਰ ਤਾਂ ਪਹਿਲਾਂ ਵੀ ਸੀ ਨਾ ਬਾਈ ਨੂੰ, ਤਾਂ ਜਦੋਂ ਲੈਂਸਰਾਂ 'ਚ ਖੜਾ ਹੋਇਆ ਉਹਦੀ ਇੱਕ ਇਹੀ ਸੋਚ ਸੀ ਵੀ ਮੇਰਾ ਮਾਨਸਾ ਜ਼ਿਲ੍ਹਾ ਜਿਹੜਾ ਇਹ ਬੈਕਵਰਡ ਏਰੀਆ, ਇੱਕ ਬੈਕਵਰਡ ਏਰੀਆ ਵੀ, ਇਹਨੂੰ ਬੈਕਵਰਡ ਕਹਿੰਦੇ ਨੇ ਵੀ, ਇਹਨੂੰ ਆਪਾਂ ਪਹਿਲੇ ਨੰਬਰ 'ਤੇ ਲੈ ਕੇ ਜਾਣਾਗਾ ਵੀ ਆਪਾਂ ਮਾਨਸਾ ਜ਼ਿਲ੍ਹੇ ਦੇ ਵਿੱਚ
ਵੀ ਪਹਿਲੇ ਲੇਬਰ ਦੇ ਵੀ ਆਪਾਂ ਕੈਂਸਰ ਦਾ ਹਸਪਤਾਲ ਬਣਾਵਾਂ ਅੱਛਾ ਉਹਦੀ ਇਹ ਸੋਚ ਸੀ ਵੀ ਸੋਚ ਸੀ ਕੈਂਸਰ ਦਾ ਹਸਪਤਾਲ ਜੀ ਹਸਪਤਾਲ ਜ਼ਰੂਰੀ ਤੇ ਇੱਕ ਚੰਗਾ ਸਿਹਤ ਸੋਰੀ ਚੰਗਾ ਪੜ੍ਹਾਈ ਸਿੱਖਿਆ ਵੀ ਇਹ ਦੋ ਚੀਜ਼ਾਂ ਆਪਾਂ ਮੇਨ ਕਰ ਰਹੇ ਵੋਟਾਂ 'ਚ ਵੀ ਬਾਈ ਦਾ ਇਹੀ ਮੁੱਦਾ ਸੀ ਨਾ ਕਿ ਆਪਾਂ ਬਾਈ ਦੀ ਮੋਟਰ ਤੇ ਬੈਠੇ ਜੋ ਤੁਹਾਨੂੰ ਦਿਖਾਈਏ ਇਹ ਬੋਰ ਪਿੱਛੇ ਜੇ ਲਾਇਆ ਆਪਾਂ ਸਾਰੇ ਇਹ ਬੋਰ ਪਿੱਛੇ ਜੇ ਲਾਇਆ ਤੁਹਾਨੂੰ ਦਿਖਾਉਂਦੇ ਹਾਂ ਜੋ ਪਿੱਛੇ ਲਾਇਆ ਉਦੋਂ ਮੈਂ ਆਇਆ ਸੀ ਉਦੋਂ ਬਈ ਮੇਰੇ ਹਿਸਾਬ ਦੇ ਵਿੱਚ ਆਪਣਾ 27 ਮਈ ਨੂੰ ਲਾਇਆ ਹੋਇਆ ਦੇਖੋ ਪਾਸੇ ਇਧਰ ਸੂਆ ਗਿਆ ਦਿਖਾ ਇਧਰ ਸੂਆ ਗਿਆ ਟਾਹਲੀ ਦੇਖ ਜੱਟ ਟਾਹਲੀ ਵਾਂਗੂ ਕੜਾ ਅੰਕਲ ਸਾਹਿਬ ਨੇ ਚਾਚੇ ਨੇ ਵੀ ਦੱਸਿਆ ਸੀ ਕਹਿੰਦਾ ਵੀ ਉਹ ਬਹੁਤ ਥਪੜਾ ਕੇ ਉਹਦੇ ਤੇਲ ਤੇ ਕਹਿੰਦੇ ਵੀ ਇੱਥੇ ਪੂਲ ਬਣਾਵਾਂਗੇ ਪੂਲ ਬਣਾ ਕੇ ਵੀ ਵਧੀਆ ਨਹਿਰੀ ਪਾਣੀ ਪਾ ਕੇ ਵੀ ਉਹਦੇ ਵਿੱਚ ਵੀ ਸ਼ਾਮ ਨੂੰ ਨਹਾਇਆ ਕਰਾਂਗੇ ਇੱਥੇ ਆਹ ਥਾਂ ਬਣਾਉਣਾ ਸੀ ਸਾਰਾ ਕੁਛ ਪਰ ਅਫਸੋਸ ਆ ਵੀ ਨਹੀਂ ਬਾਕੀ ਬਾਈ ਜੀ ਤੁਹਾਨੂੰ ਦਿਲ ਦੀਆਂ ਗੱਲਾਂ ਦੱਸਦੇ ਰਹਾਂਗੇ ਬਾਈਆਂ ਨੇ ਇੰਨੇ ਕੁ ਗੱਲਾਂ ਬਾਤਾਂ ਖੁੱਲੀਆਂ ਸੀ ਜਿੰਨੀਆਂ ਵੀ ਕਹਿ ਦਿਓ ਇਹ ਵੀ ਦੇਖੋ ਲੁੱਧਰ ਨਾ ਇੱਕ ਦਿਨ ਫੋਟੋ ਖਿਚਾ ਕੇ ਆਇਆ ਸੀ ਕਿਉਂਕਿ ਉਹਨੂੰ ਕਬੱਡੀ ਦਾ ਵੀ ਸ਼ੌਂਕ ਕਬੱਡੀ ਦਾ ਬਹੁਤ ਸ਼ੌਂਕ ਸੀ ਬਾਈ ਕਬੱਡੀ ਦਾ ਬਹੁਤ ਸ਼ੌਂਕ ਸੀ ਬੰਦਾ ਘੈਂਟ ਬੰਦਾ ਸੀ ਯਾਰ ਉਹਦਾ ਘਾਟਾ ਨਹੀਂ ਕਦੇ ਪੂਰਾ ਹੁੰਦਾ ਬਾਕੀ ਹੁਣ ਕਬੱਡੀ 'ਚ ਸਮਝ ਲਓ ਵੀ ਜਿਵੇਂ ਬਾਈ ਨੇ ਨਾ ਸੋਚਿਆ ਸੀਗਾ ਵੀ ਆਪਾਂ ਇੱਕ ਪਿੰਡ ਦਾ ਕਲੱਬ ਬਣਾਉਣੇ ਇੱਕ ਪਿੰਡ ਦਾ ਇੱਕ ਪਿੰਡ ਦਾ ਬਣਾਉਣੇ ਨਾ ਨਹੀਂ ਉਹਨੇ ਬਾਈ ਨੇ ਸੋਚਿਆ ਸੀ ਵੀ ਜਿੰਨੇ ਪਿੰਡਾਂ 'ਚ ਆਪਾਂ ਵੋਟਾਂ ਮੰਗਣ ਗਏ ਸੀਗੇ ਜਿੰਨੇ ਪਿੰਡ ਆਪਣੇ ਉੱਥੇ ਸੀਗੇ ਉਹ ਪਿੰਡਾਂ ਨੂੰ ਵੀ ਦੋ ਦੋ ਬੰਦੇ ਲਵਾਂਗੇ ਮੋਹਤਵਾਰ ਅੱਛਾ ਵੀ ਜਿਹੜੇ ਵਧੀਆ ਬੰਦੇ ਨੇ ਤੇੜ ਪਿੰਡ ਹੋ ਗਏ ਆਪਣੇ ਚਾਹੁੰਦਾ ਉਹਨਾਂ ਨੂੰ ਵੀ ਕਲੱਬ ਦੇ ਵਿੱਚ ਮੈਂਬਰ ਬਣਾ ਕੇ ਤੇ ਇੱਕ ਵਧੀਆ ਵੀ ਆਪਣੇ ਪਿੰਡ ਦਾ ਪ੍ਰਧਾਨ ਬਣਾ ਦਾਂਗੇ ਵੀ ਵਧੀਆ ਕਲੱਬ ਚਲਾਵਾਂਗੇ ਵੀ ਸਾਰੇ ਪਿੰਡਾਂ ਦਾ ਕਲੱਬ ਲੋ ਬਾਈ 69 ਇੱਕ ਮਿੰਟ ਅੱਛਾ ਬਈ ਮੋਟਰਸਾਈਕਲ ਜਗਾੜ ਬਾਈ ਯਾਰ ਤੇਰਾ ਇੰਜਨ ਗਰਮ ਹੋਇਆ ਬਾਈ ਜੀ ਸ਼ਾਮ ਦੇ ਵੱਜ ਚੁੱਕੇ ਨੇ 6:30 ਅਸੀਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੀ ਦਰਸ਼ਨ ਕਰਿਆ ਹੈ ਬਹੁਤ ਵਧੀਆ ਦਰਸ਼ਨ ਹੋਏ ਨੇ ਕਿਰਤ ਦਾ ਅਤੇ ਉਹਦਾ ਉੜਾ ਜੜਾ ਲਗਾਉਣਾ ਸੀ ਅਸੀਂ ਵੀ ਲਿਖਿਆ ਹੈ ਸੋ ਅਤੇ ਹੁਣ ਬਿੱਲੇ ਬਾਈ ਨੂੰ ਪਿੰਡ ਤਾਰ ਕੇ ਅਸੀਂ ਦੁਬਾਰਾ ਜਾ ਰਹੇ ਹਾਂ ਬਸ ਬਰਨਾਲਾ ਆਉਣੇ ਵਾਲਾ ਗਾ ਅਤੇ ਗੱਡੀ ਖਿੱਚੀ ਹੋਈ ਆ ਫੁੱਲ ਆਰਾਮ ਨਾਲ ਚੱਲ ਮੁੰਡਿਆ ਆਰਾਮ ਨਾਲ ਦੇਖੋ ਜੀ ਸ਼ਹਿਰ ਦਾ ਕੰਮ ਹੈ ਸ਼ਹਿਰ 'ਚ ਗੱਡੀ ਨਾ ਭਜਾਓ ਠੀਕ ਹੈ ਜੀ ਠੀਕ ਹੈ ਜੀ ਇਹ ਹੈਗਾ ਚਲੋ ਖਿੱਚ ਕੇ ਚਲੋ ਡਰਾਈਵਰ ਸਾਹਿਬ ਹੁਣ ਡਰਾਈਵਰ ਚੇਂਜ ਹੋ ਗਿਆ ਡਰਾਈਵਰ ਪਿੱਛੇ ਬਿਠਾ ਤਾ ਲਓ ਜੀ ਫੈਕਟਰੀ ਰੋਡ ਆ ਚੁੱਕਿਆ ਫੁੱਲ ਖਿੱਚੀ ਵੀ ਆ ਗੱਡੀ ਇੱਥੇ ਤਾਂ ਮੈਂ ਜਾਣਦਾ ਬੰਦਿਆਂ ਹਾਂ ਹਾਂ ਲਓ ਬਾਈ ਜੀ ਅਸੀਂ ਜਾ ਰਹੇ ਸੀਗੇ ਰੋਡ 'ਤੇ ਚੱਲ ਦੇਖ ਕੇ ਆਈਏ ਵੀ ਉੱਧਰ ਕੀ ਹੈਗਾ ਅਤੇ ਗੱਡੀ ਥੋੜ੍ਹੀ ਜਿਹੀ ਆਫ ਰੋਡਿੰਗ ਜੀ ਹੋ ਗਈ ਅਤੇ ਹੁਣ ਤੁਹਾਨੂੰ ਦਿਖਾਉਂਦੇ ਐਨ ਤੁਸੀਂ ਲੋਕੇਸ਼ਨ ਦਿਖਾਈਆਂ ਮੁੰਡਿਆ ਪੂਰੀ ਵਧੀਆ ਤਰੀਕੇ ਦੇ ਨਾਲ ਵੀ ਐਨ ਵੀ ਕਹਿ ਦਈਏ ਵੀ ਫੋਰਨ ਦੀ ਫੀਲਿੰਗ ਫੁੱਲ ਆ ਗਈ ਮਤਲਬ ਇਹ ਨਹੀਂ ਹੈਗਾ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਤਾਂ ਕੁਛ ਵੀ ਨਹੀਂ ਚੱਲ ਮੁੰਡਿਆ ਦਿਖਾ ਹੁਣ ਇੱਥੇ ਤਾਂ ਸ਼ੁਰੂ ਜੇ ਹੋ ਜਾਓ ਸਮਝ ਲਓ ਨਾ ਦੇਖੋ ਤੁਸੀਂ ਫੀਲ ਕਰ ਸਕਦੇ ਹੋ ਬਹੁਤ ਸੋਹਣਾ ਇਹ ਨਹੀਂ ਪਤਾ ਇਹ ਅਸੀਂ ਰਾਮਾ ਮੰਡੀ ਤੋਂ ਬਰਨਾਲੇ ਵੱਲ ਨੂੰ ਆ ਰਹੇ ਸੀ ਪਤਾ ਨੀ ਬਾਈ ਪੁੱਛੋ ਮੰਡੀ ਆ ਮੈਨੂੰ ਕਲੀਅਰ ਨੀ ਹੈਗਾ ਕੁਛ ਵੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਮੁੰਡੇ ਬੋਲਦੇ ਨੇ ਮੈਂ ਤਾਂ ਦੱਸਦਾ ਤੁਹਾਨੂੰ ਲੋਕੇਸ਼ਨ ਆ ਰਹੀ ਆ ਉਹ ਕਹਿ ਰਹੇ ਸੀ ਫੁੱਲ ਲਾਉਂਦੀ ਆ ਬਾਜੀ ਫੁੱਲ ਬੰਦ ਕਰ ਦੇ ਚੱਲ ਮਾਮਾ ਬੰਦ ਕਰ ਸੋਹਣੀ ਜਿਹੜੀ ਆਪਣਾ ਲੋਕੇਸ਼ਨ ਬਣੀ ਹੋਈ ਆ ਫੋਰਨ ਵਾਂਗ ਲੋਕੇਸ਼ਨ ਬਣੀ ਹੋਈ ਆ ਬਹੁਤ ਵੱਡਾ ਹੈ ਮਤਲਬ ਕੀ ਹੋਊਗਾ 10-15 ਕਿੱਲਿਆਂ ਦੇ ਵਿੱਚ ਸੋ ਕਾਫੀ ਵੱਡਾ ਹੈਗਾ ਅਤੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਆਊਟਲੈਟਾਂ ਨੇ ਬ੍ਰੈਂਡ ਨੇ ਬਹੁਤ ਜ਼ਿਆਦਾ ਬ੍ਰੈਂਡ ਨੇ ਬਾਈ ਹੈ ਨਾ ਅਤੇ ਆ ਦੇਖੋ ਸੋ ਫੀਲਿੰਗ ਵੀ ਆ ਰਹੀ ਹੈ ਵੀ ਹਾਂ ਫੋਰਨ ਦੇ ਵਿੱਚ ਆ ਜਾਂ ਕਿਤੇ ਵੀ ਆ ਕਿਉਂਕਿ ਇੱਕ ਤਾਂ ਮੀਂਹ ਵਾਲਾ ਮੌਸਮ ਹੋਇਆ ਹੋਇਆ ਹੈ ਨਾ ਅਤੇ ਇੱਕ ਉੱਤੋਂ ਵੀ ਲੋਕੇਸ਼ਨ ਬਹੁਤ ਸੋਹਣੀ ਮਿਲ ਗਈ ਅੱਜ ਅਤੇ ਤੁਸੀਂ ਦੇਖ ਸਕਦੇ ਹੋ ਬਾਈ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਸਾਨੂੰ ਅਤੇ ਲਓ ਬਾਈ ਜੀ ਅੱਗੇ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਮੈਕਡੀ KFC ਲਓ ਬਾਈ ਜੀ ਲਓ ਫੈਮਲੀਜ਼ ਬਹੁਤ ਜ਼ਿਆਦਾ ਆ ਰਹੀਆਂ ਨੇ ਹੈ ਨਾ
ਤੇ ਆਓ ਦੇਖੋ ਬਾਈ ਤੇ ਲੋਕੇਸ਼ਨ ਬਹੁਤ ਘੈਂਟ ਆ ਥੋੜ੍ਹਾ ਜਿਹਾ ਲੇਟ ਹੋ ਗਿਆ ਸੀ ਨਹੀਂ ਤਾਂ ਲੋਕੇਸ਼ਨ ਬਹੁਤ ਸਾਰਾ ਬਣਨੀ ਤੂੰ ਲਓ ਬਾਈ ਦੀ KFC ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮੈਂ ਇਹ ਦਿਖਾਉਣਾ ਚਾਹੁੰਦਾ ਵੀ ਦੇਖੋ ਵੀ ਆਪਣਾ ਹੈ ਨਾ ਪੰਜਾਬ ਬਹੁਤ ਜ਼ਿਆਦਾ ਤਰੱਕੀ ਕਰ ਚੁੱਕਿਆ ਇਹ ਮੈਂ ਸੀਰੀਅਸਲੀ ਦਿਖਾਉਣਾ ਚਾਹੁੰਦਾ ਆਪਾਂ ਕਹੀ ਜਾਂਦੇ ਹਾਂ ਨਾ ਫੋਰਨ ਨਾਲੋਂ ਬਹੁਤ ਘੈਂਟ ਇੱਕ ਵਾਰ ਮਸ ਮੈਂ ਤੁਹਾਨੂੰ ਫਰੰਟ ਜਾਂ ਦੁਬਾਰਾ ਦਿਖਾ ਦੇਵਾਂ ਬੈਕ ਸਾਈਡ 'ਤੇ ਤਾਂ ਆਪਾਂ ਕਵਰੇਜ ਕਰ ਹੀ ਲਈ ਆ ਸਾਰੀ ਆ ਦੇਖੋ ਜੀਪ ਟੱਬ ਵਾਲੀ ਕੋਲੋਂ ਜੀਪ ਤਿਆਰ ਕਰਾ ਕੇ ਮੇਰੀ ਵੀਰ ਆਹ ਕਿਹੜੇ ਕਿਹੜੇ ਬ੍ਰਾਂਡ ਨੇ ਬ੍ਰੋ ਹੁਣ ਐਂ ਦੱਸੋ ਜੇਬ ਕਿਹੜਾ ਢਿੱਲੀ ਕਰੂਗਾ ਤੁਹਾਡੇ 'ਚੋਂ ਆਹ ਮੁੰਡਾ ਭਾਈ ਦਸਵੀਂ 'ਚੋਂ ਕਿੰਨਵੀਂ 'ਚੋਂ ਪਾਸ ਦਸਵੀਂ 'ਚੋਂ ਪਾਸ ਹੋਇਆ ਗਾ ਟੈਂਥ ਦੇ ਵਿੱਚੋਂ ਪਾਸ ਹੋਇਆ ਪਰ ਦੇਖ ਲਓ ਬਈ ਫਰਜ਼ ਤਾਂ ਮਿੱਤਰ ਹੁਣ ਤੇਰਾ ਹੀ ਬਣਦਾ ਹਾਂਜੀ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੋਗ ਵਲੋਗ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੂਸੇ ਦੀਆਂ ਕੁਝ ਯਾਦਾਂ ਸਿੱਧੂ ਵੀਰੇ ਦੀਆਂ ਕੁਝ ਯਾਦਾਂ ਇਸ ਵਲੋਗ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਕਿਸੇ ਤਰ੍ਹਾਂ ਦੀ ਵੀ ਵੀਰੇ ਪਬਲਿਸਿਟੀ ਲੈਣ ਲਈ ਨਹੀਂ ਉਹ ਪਾਈਆਂ ਬਸ ਤੁਹਾਡੇ ਨਾਲ ਵੀ ਸਾਡੇ ਥਰੂ ਜੋ ਸਾਨੂੰ ਪਤਾ ਲੱਗਿਆ ਹੈ ਨਾ ਵੀਰੇ ਬਾਰੇ ਅਸੀਂ ਤੁਹਾਨੂੰ ਉਹ ਦੱਸਿਆ ਕਾਲੇ ਬਾਈ ਨੇ ਗੱਲਾਂ ਕੀਤੀਆਂ ਉਸ ਤੋਂ ਪਹਿਲਾਂ ਜਿਹੜਾ ਵੀਰਾ ਖੇਤੀਬਾਈ ਖੇਤੀ ਕਰਦਾ ਉਹਨੇ ਕੁਛ ਯਾਦਾਂ ਦੱਸੀਆਂ ਨੇ ਉਹਦੇ ਲਈ ਸਿਰਫ ਆਪਾਂ ਤੁਹਾਡੇ ਲਈ ਕੁਛ ਯਾਦਾਂ ਅਤੇ ਬਿੱਲੇ ਬਾਈ ਨੇ ਜੋ ਰਿਕਾਰਡ ਕੀਤੀਆਂ ਸੀ ਉਹ ਆਪਾਂ ਤੁਹਾਨੂੰ ਦਿਖਾਤੀਆਂ ਜੀ ਸੋ ਓਕੇ ਵੀਰੇ ਥੈਂਕ ਯੂ ਜੀ ਵਲੋਗ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਅਤੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ